ਬਹੁਤ ਘੱਟ ਬੰਦੇ ਜਿਹੜੇ ਇਹ ਰੌਸ ਲੇਕ ਗਏ ਹੋਣੇ ਆ, ਬਟ ਇਟਸ ਵੈਰੀ ਬਿਊਟੀਫੁਲ। ਪੰਜਾਬੀਆਂ ਦੇ ਸੁਪਨਿਆਂ ਦਾ ਦੇਸ਼ ਕੈਨੇਡਾ ਸਾਨੂੰ ਖੂਬਸੂਰਤ ਜਾਪਦਾ ਹੈ। ਮਾਈ ਗੋਡ, ਸਾਡੇ ਕੋਲ ਤਾਂ ਸ਼ਬਦ ਵੀ ਹੈ। ਪਰ ਉਹ ਕਿੰਨਾ ਉਜਾੜ ਬੀਆਬਾਨ ਤੇ ਬੇਰਹਿਮ ਮੌਸਮ ਵਾਲਾ ਹੈ। ਹੁਣ ਇਹਨੂੰ ਐਡਵੈਂਚਰ ਨੂੰ ਛੱਡੋ, ਹੁਣ ਸਰਵਾਈਵਲ ਆ ਗਿਆ। ਇਸ ਸੱਚੀ ਘਟਨਾ ਨੂੰ ਦੇਖ ਕੇ ਤੁਹਾਡੇ ਵੀ ਰੌਂਗਟੇ ਖੜੇ ਹੋ ਜਾਣਗੇ। ਪਾਣੀ ਹੈਗਾ ਪੀਣ ਲਈ? ਪਿੱਛੇ ਕਰੋ, ਆਊਗਾ ਆਊਗਾ ਆਊਗਾ। ਕਿੱਦਾਂ ਹੈਗੀ ਆ ਵੀ ਤੁਸੀਂ ਇੱਥੇ ਵੇਟ ਕਰੋ ਵੀ ਤੁਹਾਨੂੰ ਕੋਈ ਹੈਲਪ ਪਹੁੰਚੂਗੀ। ਦੂਸਰੀ ਹੈਗੀ ਆ ਵੀ ਤੁਸੀਂ ਆਪ ਹਿੰਮਤ ਕਰੋ ਔਰ ਪਿੱਛੇ ਨਹੀਂ ਜਾਓ। ਅੱਜ ਸਾਡੀ ਲਾਈਫ ਫਿਨਿਸ਼ ਹੋਣੀ ਆ ਇੱਥੇ, ਸਿਰਫ ਇੱਕ $10 ਦੀ ਸ਼ਬਲ ਪਿੱਛੇ, $50 ਦੀਆਂ ਟਾਇਰ ਚੇਨਾਂ ਪਿੱਛੇ। ਮੇਰੇ ਖਿਆਲ 40 ਕਿਲੋਮੀਟਰ ਸ਼ਾਇਦ ਸਾਨੂੰ ਤੁਰ ਕੇ ਜਾਣਾ ਪਵੇ, ਬਟ ਅਸੀਂ ਵੇਟ ਨਹੀਂ, ਅਸੀਂ ਡਿਸਾਈਡ ਕਰ ਲਿਆ ਵੀ ਅਸੀਂ ਤੁਰ ਕੇ ਜਾਵਾਂਗੇ। ਮੈਨੂੰ ਯਾਦ ਹੈ ਕਿ ਜਿੰਨੀ ਕਾਹਲੀ 'ਚ ਅਸੀਂ ਉੱਥੋਂ ਭੱਜੇ ਹਾਂ, ਸਾਨੂੰ ਦਿਮਾਗ 'ਚ ਇਹ ਵੀ ਨਹੀਂ ਰਿਹਾ ਕਿ ਗੱਡੀ 'ਚ ਸ਼ਾਇਦ ਇੱਕ ਅੱਧੀ ਚੀਜ਼ ਸਾਨੂੰ ਇਹੋ ਜਿਹੀ ਲਿਜਾਣੀ ਚਾਹੀਦੀ ਹੈ ਕਿ ਅਸੀਂ ਅੱਗੇ ਜਾ ਕੇ ਆਪਣੇ ਪ੍ਰੋਟੈਕਸ਼ਨ ਲਈ ਯੂਜ਼ ਕਰ ਸਕੀਏ। ਕੋਈ ਫੋਨ ਦੀ ਸਰਵਿਸ ਨਹੀਂ ਹੈਗੀ, ਕੋਈ ਇੱਥੇ ਫੋਨ ਨਹੀਂ ਚੱਲਦਾ, ਕੋਈ ਕੁਛ ਨਹੀਂ ਚੱਲਦਾ। ਸਾਡੀ ਬਹੁਤ ਵੱਡੀ ਮਿਸਟੇਕ ਪਈ, ਆਪਾਂ ਟਾਇਰ ਚੇਂਜ ਹੈ ਨਹੀਂ ਸੀਗੀਆਂ, ਸ਼ਬਲ ਸਨੋ ਉਠਾਉਣ ਲਈ ਸ਼ਬਲ ਹੈ ਨਹੀਂ ਗੀ, ਉਹਦਾ ਸਬਕ ਮਿਲ ਰਿਹਾ। ਨਾਈਨ ਕਾਲ ਕਰ ਰਹੇ ਹਾਂ ਤਾਂ ਜਸ਼ਨ ਸੋਚਦਾ ਸੀਗਾ ਵੀ ਸ਼ਾਇਦ 911 ਕਾਲ ਜਿਹੜੀ ਆ ਉਹ ਵਿਦਆਊਟ ਫੋਨ ਨੈਟਵਰਕ ਦੇ ਵੀ ਹੋ ਜਾਂਦੀ ਹੋਵੇ। ਹਮੇਸ਼ਾ ਹੀ ਸੋਚਦੇ ਸੀਗੇ ਸ਼ਾਇਦ ਕੋਈ ਹੋਰ ਸਿਸਟਮ ਹੁੰਦਾ ਹੋਊਗਾ, ਬਟ ਨਹੀਂ ਹੋ ਰਹੀ ਜੀ। ਲਓ ਜੀ, 25 ਸਮਝ ਰਹੇ ਸੀ, ਅਸੀਂ 25 ਸਮਝਦੇ ਸੀ, ਬਟ ਇਹ 32 ਕਿਲੋਮੀਟਰ ਆ। ਐਂ ਲੱਗ ਰਿਹਾ ਜਿਵੇਂ ਕੋਈ ਚੱਲ ਕੇ ਸਾਡੇ ਵੱਲ ਆ ਰਿਹਾ। ਬੂਟਾਂ ਦੇ ਵਿੱਚ ਬਰਫ ਜਾ ਚੁੱਕੀ ਆ, ਪਿੰਡ ਵੀ ਥੱਲੋਂ ਗੋਡਿਆਂ ਥੱਲੇ ਪੂਰੀ ਗਿੱਲੀ ਆ ਜੀ। ਜੋ ਵਾਪਰੀ ਪ੍ਰਾਈਮ ਏਸ਼ੀਆ ਟੀਵੀ ਦੇ CEO ਅਮਨ ਖੱਟਕਰ ਤੇ ਇੱਕ ਹੋਰ ਟੀਮ ਮੈਂਬਰ ਦੇ ਨਾਲ, ਜੋ ਗਏ ਤਾਂ ਸੀ ਇੱਕ ਐਡਵੈਂਚਰ ਟ੍ਰਿਪ ਤੇ। ਨੋ ਸਿਗਨਲ, ਪਰ ਜੋ ਬਣ ਗਿਆ ਸਰਵਾਈਵਲ ਟ੍ਰਿਪ। Oh my gosh. ਸਭ ਤੋਂ ਵੱਡੀ ਗਲਤੀ ਅਸੀਂ ਜਿਹੜੀ ਕੀਤੀ ਆ ਉਹ ਇਹ ਆ ਵੀ ਕਿਸੇ ਨੂੰ ਦੱਸਿਆ ਤੱਕ ਵੀ ਨਹੀਂ ਵੀ ਅਸੀਂ ਜਾ ਕਿੱਥੇ ਰਹੇ ਹਾਂ। ਦੇਖਣਾ ਨਾ ਭੁੱਲਣਾ 22 ਫਰਵਰੀ ਸਵੇਰੇ 9:30 ਵਜੇ। ਇਹ ਵੀਡੀਓ ਤੁਹਾਡੀ ਜਾਨ ਵੀ ਬਚਾ ਸਕਦੀ ਹੈ।